ਸੱਤਰਾਂ ਦਾ ਰੌਂਦ ਹੁੰਦਾ ਮਾਰਦੇ ਲੱਖਾਂ ਦਾ ਬੰਦਾ ਸੁਣੀ ਨਹੀਂ ਛੱਡੀ ਦੀ ਕਦੇ ਗੰਨ ਜੀ ਚੌੜਪਣੇ ਵਿੱਚ ਕੀਤਾ ਮਹਿੰਗਾ ਪੈਂਦਾ ਫੈਰ ਬੰਦਾ 20 ਸਾਲ ਲਈ ਹੁੰਦਾ ਬੰਨ ਜੀ ਸੱਤਰਾਂ ਦਾ ਰੌਂਦ ਹੁੰਦਾ ਮਾਰਦੇ ਲੱਖਾਂ ਦਾ ਬੰਦਾ ਸੁਣੀ ਨਹੀਂ ਛੱਡੀ ਦੀ ਕਦੇ ਗੰਨ ਜੀ ਅੱਜ ਕੈਲਗਰੀ ਸ਼ਹਿਰ ਪੂਰਾ ਪੰਜਾਬ ਬਣਿਆ ਹੋਇਆ ਕਿਉਂਕਿ ਅੱਜ ਕੈਨੇਡਾ ਡੇ ਜਾਣੀ ਕਿ 1 ਜੁਲਾਈ ਆ ਸੋ ਬਹੁਤ ਸਾਰੇ ਆਰਟਿਸਟ ਇੱਥੇ ਹਾਜ਼ਰੀ ਲਵਾਉਣ ਆਏ ਆ ਸਾਡੇ ਨਾਲ ਗੁਰਜ਼ਾਨ ਵੀ ਆ ਸੋ ਇਹਨਾਂ ਦਾ ਵੀ ਜਗਬਾਣੀ ਟੀਵੀ 'ਤੇ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰੇ ਜਗਬਾਣੀ ਚੈਨਲ ਨੂੰ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਥੈਂਕ ਯੂ ਦਲਵੀਰ ਜੱਲੋਵਾਲੀਆ ਸਾਹਿਬ ਅੱਛਾ ਅੱਜ ਜਿਹੜਾ ਕੈਨੇਡਾ ਡੇ ਜਾਣੀ ਪੰਜਾਬ ਵਾਲਾ ਪੂਰਾ ਮਾਹੌਲ ਬਣਿਆ ਪਿਆ ਆ ਅਤੇ ਤੁਸੀਂ ਵੀ ਇੱਥੇ ਆਪਣੀ ਹਾਜ਼ਰੀ ਲਵਾ ਰਹੇ ਹੋ ਹਾਂਜੀ ਅਤੇ ਕਿਹੜੇ ਗਾਣੇ ਦੇ ਨਾਲ ਹਾਜ਼ਰੀ ਲਵਾ ਰਹੇ ਹੋ ਪਹਿਲਾਂ ਤਾਂ ਮੈਂ ਕਹਿੰਦਾ ਵੀ ਨਾਲ ਉਸ ਗਾਣੇ ਦੇ ਬੋਲ ਵੀ ਹੋ ਜਾਣ ਹਾਂਜੀ ਪਿੱਛੇ ਜੇ ਮੇਰਾ ਇੱਕ ਗਾਣਾ ਆਇਆ ਸੀ 17 ਦਾ ਰੌਂਦ ਜੋ ਕਿ ਇੱਕ ਗਨ ਦੇ ਆਧਾਰਿਤ ਲਿਖਿਆ ਗਿਆ ਸੀ ਗਾਣਾ ਉਹ ਕਿ ਜਿਹੜੀ ਗਨ ਹੁੰਦੀ ਆ ਉਹ ਲੋਕ ਚਲੋ ਸ਼ੌਂਕ ਹੁੰਦਾ ਆਪਣਾ ਆਪਣਾ ਰੱਖਦੇ ਜ਼ਰੂਰ ਹੈ ਪਰ ਕਹਿੰਦੇ ਕਹਿੰਦੇ ਸੁਣੀ ਨਹੀਂ ਛੱਡਣੀ ਚਾਹੀਦੀ ਸੋ ਉਸੇ 'ਤੇ ਮੇਰਾ ਪਹਿਲਾ ਗਾਣਾ ਜਿਹੜਾ ਮੈਂ ਇੱਥੇ ਪੇਸ਼ ਕਰਨਾ ਉਹ ਹੈਗਾ ਸੱਤਰਾਂ ਦਾ ਰੌਂਦ ਹੁੰਦਾ ਮਾਰਦੇ ਲੱਖਾਂ ਦਾ ਬੰਦਾ ਸੁਣੀ ਨਹੀਂ ਛੱਡੀ ਦੀ ਕਦੇ ਗਨ ਜੀ ਚੌੜਪਣੇ ਵਿੱਚ ਕੀਤਾ ਮਹਿੰਗਾ ਪੈਂਦਾ ਫੈਰ ਬੰਦਾ 20 ਸਾਲ ਲਈ ਹੁੰਦਾ ਬੰਨ ਜੀ ਸੱਤਰਾਂ ਦਾ ਰੌਂਦ ਹੁੰਦਾ ਮਾਰਦੇ ਲੱਖਾਂ ਦਾ ਬੰਦਾ ਸੁਣੀ ਨਹੀਂ ਛੱਡੀ ਦੀ ਕਦੇ ਗਨ ਜੀ ਅੱਛਾ ਮੈਨੂੰ ਨਾਲ ਦੀ ਨਾਲ ਇਹ ਵੀ ਦੱਸੋ ਵੀ ਕਿੰਨੇ ਕੁ ਗਾਣੇ ਆ ਚੁੱਕੇ ਆ ਮੇਰੇ ਭਾਜੀ ਘੱਟੋ ਘੱਟ 20-25 ਟਰੈਕ ਆ ਚੁੱਕੇ ਆ ਅੱਛਾ ਜੀ ਤੇ ਜਿਹਦੇ ਵਿੱਚ ਡਿਊਟ ਵੀ ਨੇ ਸੋਲੋ ਵੀ ਆ ਮੇਰੇ ਨਾਲ ਡਿਊਟ ਗਾਉਂਦੇ ਨੇ ਇੰਡੀਆ ਤੋਂ ਆਪਣੇ ਰੂਪ ਜੈਲਦਾਰਨੀ ਜੀ ਅੱਛਾ ਜੀ ਸੋ ਸਾਡੇ ਬਹੁਤ ਵਧੀਆ ਡਿਊਟ ਆਏ ਆ ਇੱਕ ਪਿੱਛੇ ਜੇ ਸਾਡਾ ਜੀਜਾ ਗਾਣਾ ਆਇਆ ਸੀ ਵਾਈਟ ਹਿੱਲ ਤੋਂ ਬਹੁਤ ਮਕਬੂਲ ਰਿਹਾ ਇੰਡੀਆ ਉਹਦੇ ਵਿੱਚ ਗੁਰਚੇਤ ਚਿੱਤਰਕਾਰ ਜੀ ਨੇ ਕੰਮ ਕੀਤਾ ਸੀ ਸਾਡੇ ਨਾਲ ਅੱਛਾ ਜੀ ਹਾਂਜੀ ਅਸੀਂ ਉਹਨਾਂ ਨਾਲ ਕੀਤਾ ਸੀ ਉਹ ਵੱਡੇ ਆ ਸੋਰੀ ਹੈ ਨਾ ਚਲੋ ਉਹਦੇ ਜੇ ਬੋਲ ਸਾਂਝੇ ਕਰਨੇ ਚਾਹੁੰ ਤਾਂ ਹਾਂਜੀ ਉਹਦੇ ਵਿੱਚ ਅਸੀਂ ਜੀਜੇ ਦੀ ਗੱਲ ਕੀਤੀ ਗਈ ਸੀ ਕਹਿੰਦਾ ਉਹ ਮੇਰਾ ਜਮਾ ਜਲੂਸ ਕਢਾਇਆ ਨਹੀਂ ਮੈਂ ਤਾਂ ਵਿਆਹ ਜਾ ਕੇ ਪਛਤਾਇਆ ਜੇ ਪਤਾ ਹੁੰਦਾ ਲੈ ਜਾਂਦਾ ਮਰੂਤੀ ਆਪ ਕਰਾ ਕੇ ਨੀ ਮੇਰੇ ਸਾਲੇ ਲਿਆਏ ਜੀਜੇ ਨੂੰ ਡਿੱਗੀ ਵਿੱਚ ਵਾ ਕੇ ਨੀ ਉਹ ਗੁਰਚੇਤ ਜੀ ਬਣੇ ਸੀ ਅੱਛਾ ਹੋਰ ਜਿੱਦਾਂ ਅੱਜ ਮਾਹੌਲ ਪੂਰਾ ਖੂਬਸੂਰਤ ਬਣਿਆ ਹੋਇਆ ਅਤੇ ਹੋਰ ਵੀ ਕਲਾਕਾਰ ਹਾਜ਼ਰੀ ਲਵਾਉਣਗੇ ਅਤੇ ਤੁਸੀਂ ਦਰਸ਼ਕਾਂ ਨੂੰ ਕੋਈ ਮੈਸੇਜ ਸੁਨੇਹਾ ਪਹਿਲਾਂ ਤਾਂ ਜੀ ਸਾਰਿਆਂ ਨੂੰ ਕੈਨੇਡਾ ਡੇ ਦੀ ਆ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ ਕਿਉਂਕਿ ਕਹਿੰਦੇ ਹੁੰਦੇ ਆ ਵੀ ਜਿਹੜੇ ਮੁਲਕ ਤਾਂ ਖਾਈਏ ਉਸ ਦਾ ਬੁਰਾ ਨਹੀਂ ਮੰਗੀ ਦਾ ਲੱਖ ਪਰਦੇਸੀ ਹੋਈਏ ਮਾਨ ਸਾਹਿਬ ਦੀ ਗੱਲਬਾਤ ਹੈ ਜੀ ਸੋ ਉਸੇ ਗੱਲ 'ਤੇ ਮੈਂ ਕਹਿੰਦਾ ਕਿ ਚਲੋ ਜਿੱਦਾਂ ਵੀ ਆ ਸਾਡੇ ਸਟੂਡੈਂਟ ਵੀ ਆਉਂਦੇ ਆ ਕੈਨੇਡਾ ਹੋਰ ਵੀ ਸਾਡੀ ਬਹੁਤ ਕਮਿਊਨਿਟੀ ਇੱਥੇ ਆਈ ਆ ਮੈਂ ਚਾਹੁੰਦਾ ਕਿ ਸਾਰੇ ਮਤਲਬ ਇੱਕ ਦੂਜੇ ਨਾਲ ਜੁੜ ਕੇ ਰਹਿਣ ਜਿਹੜਾ ਕਿ ਅੱਜ ਕੱਲ੍ਹ ਪਿਆਰ ਖਤਮ ਹੁੰਦਾ ਜਾਂਦਾ ਪਿਆਰ ਕਰੋ ਇਨਸਾਨੀਅਤ ਨੂੰ ਪਿਆਰ ਕਰੋ ਮੇਰਾ ਸਭ ਤੋਂ ਵੱਡਾ ਵੈਸੇ ਤਾਂ ਮੈਂ ਛੋਟਾ ਜਿਹਾ ਜੀ ਮੇਰਾ ਕੋਈ ਮਤਲਬ ਮੈਸੇਜ ਦੇਣ ਦੇ ਯੋਗ ਹੈ ਨਹੀਂ ਪਰ ਫਿਰ ਵੀ ਮੈਂ ਜਿੱਦਾਂ ਹੋ ਸਕਦਾ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਜਗਬਾਣੀ ਦੇ ਥਰੂ ਕਿ ਸਾਰੇ ਪਿਆਰ ਨਾਲ ਰਿਹਾ ਕਰੋ ਇਨਸਾਨੀਅਤ ਨੂੰ ਪਿਆਰ ਕਰੋ